सत श्री अकाल अजीत वैब टीवी वेख रहे सारे ही दर्शकों का स्वागत। अज की इस खास पेशकश असी गलबात करन जा रहे हैं बॉलीवुड की मशहूर अदाकारा अनुष्का शर्मा दे वलों प्रोड्यूस की जा रही वैब सीरीज पताल लोक की। ਤੁਹਾਨੂੰ ਦੱਸ ਦਈਏ ਕਿ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈਬ ਸੀਰੀਜ਼ ਪਤਾਲ ਲੋਕ ਰਿਲੀਜ਼ ਤੋਂ ਬਾਅਦ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ। ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਤਹਿਤ ਬਣੀ ਇਸ ਵੈਬ ਸੀਰੀਜ਼ 'ਤੇ ਪੰਜਾਬ ਤੋਂ ਲੈ ਕੇ ਪੂਰਬੀ ਉੱਤਰ ਤੱਕ ਹੰਗਾਮਾ ਮਚਿਆ ਹੋਇਆ। ਕਿਤੇ ਕੋਈ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਅਪੀਲ ਕਰ ਰਿਹਾ ਅਤੇ ਕਿਤੇ ਕੋਈ ਕਾਰਵਾਈ ਕਰਨ ਦੀ ਅਨੁਸ਼ਕਾ ਸ਼ਰਮਾ ਨੂੰ ਚੇਤਾਵਨੀ ਦੇ ਰਿਹਾ। ਸੋ ਕੁੱਲ ਮਿਲਾ ਕੇ ਫਿਲਹਾਲ ਅਨੁਸ਼ਕਾ ਸ਼ਰਮਾ ਅਤੇ ਪਤਾਲ ਲੋਕ ਦੇ ਮੇਕਰਸ ਚਾਰ ਚੁਫੇਰਿਓ ਵਿਵਾਦਾਂ ਵਿੱਚ ਘਿਰੇ ਹੋਏ ਨੇ। ਆਖਰ ਇਸ ਵੈਬ ਸੀਰੀਜ਼ ਦੇ ਵਿੱਚ ਅਜਿਹਾ ਕੀ ਹੈ ਜਿਸ ਕਾਰਨ ਐਡੇ ਵੱਡੇ ਵਿਵਾਦ ਪੈਦਾ ਹੋ ਗਏ ਅਤੇ ਇਹ ਵਿਵਾਦ ਇੰਨੇ ਵੱਡੇ ਹੋ ਚੁੱਕੇ ਨੇ ਜਿਸ ਦੇ ਕਾਰਨ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ। ਆਓ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੈਬ ਸੀਰੀਜ਼ ਪਤਾਲ ਲੋਕ ਦੇ ਕੰਟੈਂਟ ਅਤੇ ਸਕ੍ਰਿਪਟ ਦੀ। ਜੇਕਰ ਗੱਲ ਕਰੀਏ ਇਸ ਦੀ ਸਕ੍ਰਿਪਟ ਦੀ ਤਾਂ ਇਸ ਦੀ ਜੋ ਸਕ੍ਰਿਪਟ ਹੈ ਉਹ ਇੱਕ ਜਰਨਲਿਸਟ ਇੱਕ ਪੱਤਰਕਾਰ ਦੇ ਕਤਲ ਦੀ ਕਹਾਣੀ ਹੈ, ਮਰਡਰ ਦੀ ਕਹਾਣੀ ਹੈ, ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਧਰਤੀ ਨੂੰ ਤਿੰਨ ਲੋਕਾਂ ਦੇ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਸਵਰਗ ਲੋਕ, ਫਿਰ ਧਰਤੀ ਲੋਕ ਅਤੇ ਫਿਰ ਪਤਾਲ ਲੋਕ। ਇਸ ਸੀਰੀਜ਼ ਦੇ ਵਿੱਚ ਸਵਰਗ ਲੋਕ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਹ VIP ਕਲਚਰ ਦੇ ਲੋਕ ਨੇ, VVIP ਟ੍ਰੀਟਮੈਂਟ ਦੇ ਵਿੱਚ ਰਹਿੰਦੇ ਨੇ। ਦਿਖਾਇਆ ਗਿਆ ਹੈ ਕਿ ਕਿਵੇਂ ਇਹ VIP ਲੋਕ ਸਵਰਗ ਲੋਕ ਦੇ ਵਿੱਚ ਦੇਵਤਿਆਂ ਵਾਂਗ ਰਹਿੰਦੇ ਨੇ ਅਤੇ ਉੱਥੇ ਹੀ ਇਹ ਦਿਖਾਇਆ ਗਿਆ ਕਿ ਕਿਵੇਂ ਧਰਤੀ ਲੋਕ ਅਤੇ ਪਤਾਲ ਲੋਕ ਦੇ ਲੋਕਾਂ ਨੂੰ ਇਹਨਾਂ VIP ਲੋਕਾਂ ਦੇ ਵੱਲੋਂ, ਸਵਰਗ ਲੋਕ ਦੇ ਲੋਕਾਂ ਦੇ ਵੱਲੋਂ ਆਪਣੇ ਮਤਲਬ ਦੇ ਲਈ, ਆਪਣੇ ਸਵਾਰਥ ਦੇ ਲਈ ਇਹਨਾਂ ਨੂੰ ਕਿੰਝ ਵਰਤਿਆ ਜਾਂਦਾ। ਪਰ ਇਹਨਾਂ ਪਤਾਲ ਲੋਕ ਦੇ ਲੋਕਾਂ ਦੇ ਕੋਲੋਂ ਧਰਤੀ ਅਤੇ ਸਵਰਗ ਲੋਕ ਦੇ ਲੋਕ ਵੀ ਪੂਰਾ ਪੂਰਾ ਡਰਦੇ ਨੇ, ਕਿਉਂਕਿ ਇਹਨਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਇਹ ਪਤਾਲ ਲੋਕ ਦੇ ਲੋਕ ਜਿਨ੍ਹਾਂ ਨੂੰ ਇਹ ਕੀੜੇ ਦੱਸਦੇ ਨੇ ਕਿਤੇ ਇਹਨਾਂ ਨੂੰ ਹੀ ਨਾ ਮੁੜ ਕੇ ਡੰਗ ਲੈਣ ਅਤੇ ਇਹਨਾਂ ਦੀ ਹੀ ਮੌਤ ਦਾ ਕਾਰਨ ਨਾ ਬਣ ਜਾਣ। ਸੋ ਲਗਾਤਾਰ ਇੱਕ ਪੱਤਰਕਾਰ ਦੇ ਕਤਲ ਦੀ ਕਹਾਣੀ ਦੀ ਇਹ ਵੈਬ ਸੀਰੀਜ਼ ਹੈ ਜਿਸ ਦੇ ਵਿੱਚ ਜੋ ਅਡਲਟ ਸੀਨ ਪਾਏ ਗਏ ਨੇ ਜਾਂ ਫਿਰ ਜਿਹੋ ਜਿਹੀ ਸ਼ਬਦਾਵਲੀ ਵਰਤੀ ਗਈ ਹੈ, ਇਸ ਵੈਬ ਸੀਰੀਜ਼ ਨੂੰ ਕਿਤੇ ਨਾ ਕਿਤੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਬੈਠ ਕੇ ਵੇਖਣਯੋਗ ਨਹੀਂ ਸਮਝਿਆ ਜਾ ਰਿਹਾ। ਬੇਸ਼ੱਕ ਇਸ ਵੈਬ ਸੀਰੀਜ਼ ਦੇ ਰਾਹੀਂ ਜੋ ਮੇਕਰਸ ਦੇ ਵੱਲੋਂ ਸਮਾਜ ਦੀ ਬੁਰਾਈ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਮਾਜ ਦੀ ਹਕੀਕਤ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਕੋਸ਼ਿਸ਼ ਜਿਸ ਮਾਧਿਅਮ ਰਾਹੀਂ, ਇਹ ਕੋਸ਼ਿਸ਼ ਜਿਨ੍ਹਾਂ ਸੀਨਸ ਰਾਹੀਂ ਕੀਤੀ ਗਈ ਹੈ ਉਹ ਇਤਰਾਜ਼ਯੋਗ ਨੇ, ਕਿਤੇ ਨਾ ਕਿਤੇ ਸ਼ਰਮਿੰਦਾ ਕਰਨ ਵਾਲੇ ਨੇ। ਸੋ ਗੱਲ ਕਰ ਲੈਂਦੇ ਹਾਂ ਇਹਨਾਂ ਨਾਲ ਜੁੜੇ ਵਿਵਾਦਾਂ ਦੀ। ਅਤੇ ਸਭ ਤੋਂ ਪਹਿਲਾਂ ਵਿਵਾਦ ਹੈ ਗੋਰਖਾ ਭਾਈਚਾਰੇ ਦਾ ਐਤਰਾਜ਼। ਤੁਹਾਨੂੰ ਦੱਸ ਦਈਏ ਕਿ ਇਸ ਵੈਬ ਸੀਰੀਜ਼ ਦੇ ਨਾਲ ਦੇਸ਼ ਵਿੱਚ ਰਹਿਣ ਵਾਲੇ ਗੋਰਖਾ ਭਾਈਚਾਰੇ ਦੇ ਲੋਕ ਕਾਫ਼ੀ ਨਾਰਾਜ਼ ਨੇ। ਉਹਨਾਂ ਨੇ ਦੋਸ਼ ਲਗਾਏ ਨੇ ਕਿ ਵੈਬ ਸੀਰੀਜ਼ ਦੇ ਦੂਸਰੇ ਐਪੀਸੋਡ ਵਿੱਚ ਇੱਕ ਦ੍ਰਿਸ਼ ਦੇ ਵਿੱਚ ਕੁਝ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਜਿਸ ਨਾਲ ਗੋਰਖਾ ਅਤੇ ਨੇਪਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਗੋਰਖਾ ਐਸੋਸੀਏਸ਼ਨ ਨੇ ਇਸ ਦੀ ਸ਼ਿਕਾਇਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਕੀਤੀ ਹੈ। ਉੱਥੇ ਹੀ ਲਾਇਰਸ ਗਿਲਡ ਦੇ ਮੈਂਬਰ ਵੀਰੇਨ ਸਿੰਘ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਨੁਸ਼ਕਾ ਸ਼ਰਮਾ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ। ਇਸ ਤੋਂ ਇਲਾਵਾ ਸਿੱਕਮ ਦੇ ਲੋਕ ਸਭਾ ਸੰਸਦ ਮੈਂਬਰ ਇੰਦਰ ਹੰਗ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਚਿੱਠੀ ਲਿਖੀ ਹੈ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਮੰਗ ਹੈ ਕਿ ਮੇਕਰਸ ਬਿਨਾਂ ਸ਼ਰਤ ਮਾਫ਼ੀ ਮੰਗਣ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਦ੍ਰਿਸ਼ਾਂ ਤੋਂ ਉਹਨਾਂ ਨੂੰ ਇਤਰਾਜ਼ ਹੈ ਉਹਨਾਂ ਨੂੰ ਐਡਿਟ ਕੀਤਾ ਜਾਵੇ ਅਤੇ ਵੈਬ ਸੀਰੀਜ਼ ਨੂੰ ਮੁੜ ਕੇ ਅਪਲੋਡ ਕੀਤਾ ਜਾਵੇ। ਸੋ ਲਗਾਤਾਰ ਉਹਨਾਂ ਦੇ ਵੱਲੋਂ ਸਖ਼ਤ ਰੁੱਖ ਅਖਤਿਆਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ। ਉੱਥੇ ਗੱਲ ਕਰ ਲੈਂਦੇ ਹਾਂ ਇਸ ਵੈਬ ਸੀਰੀਜ਼ ਦੇ ਨਾਲ ਜੁੜੇ ਹੋਏ ਦੂਜੇ ਵਿਵਾਦ ਦੀ। ਤਾਂ ਉੱਤਰ ਪ੍ਰਦੇਸ਼ ਦੇ ਵਿਧਾਇਕ ਦਾ ਦੋਸ਼ ਹੈ ਕਿ ਇਸ ਵੈਬ ਸੀਰੀਜ਼ ਸੰਬੰਧੀ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁੱਜਰ ਨੇ ਅਨੁਸ਼ਕਾ ਸ਼ਰਮਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਨੂੰ ਵੀ ਇੱਕ ਦ੍ਰਿਸ਼ 'ਤੇ ਇਤਰਾਜ਼ ਹੈ। ਦਰਅਸਲ ਇਸ ਵਿੱਚ ਇੱਕ ਅਖ਼ਬਾਰ ਦੀ ਐਡਿਟ ਕਟਿੰਗ ਦੇ ਵਿੱਚ ਭਾਜਪਾ ਆਗੂ ਦਾ ਚਿਹਰਾ ਇਸਤੇਮਾਲ ਕੀਤਾ ਗਿਆ। ਗੁੱਜਰ ਦਾ ਦੋਸ਼ ਹੈ ਕਿ ਕਟਿੰਗ ਵਿੱਚ ਵੈਬ ਸੀਰੀਜ਼ ਦੀ ਕਾਲਪਨਿਕ ਕਹਾਣੀ ਦੇ ਵਿੱਚ ਰੈਫਰੈਂਸ ਦੇ ਤੌਰ 'ਤੇ ਇਸਤੇਮਾਲ ਕਰਦੇ ਸਮੇਂ ਮੁੱਖ ਮੰਤਰੀ ਨੂੰ ਰਿਪਲੇਸ ਕਰਕੇ ਬਾਹੂਬਲੀ ਆਗੂ ਬਾਲਕ੍ਰਿਸ਼ਨ ਵਾਜਪਾਈ ਯਾਨੀ ਕਿ ਅਨੂਪ ਜਲੋਟਾ ਨੂੰ ਦਿਖਾਇਆ ਗਿਆ। ਇਸ ਤੋਂ ਇਲਾਵਾ ਬਾਕੀ ਲੋਕਾਂ ਨੂੰ ਜਿਉਂ ਦਾ ਤਿਉਂ ਹੀ ਰੱਖ ਦਿੱਤਾ ਗਿਆ, ਜਿਸ ਵਿੱਚ ਨੰਦ ਕਿਸ਼ੋਰ ਗੁੱਜਰ ਵੀ ਸ਼ਾਮਲ ਨੇ। ਸੋ ਨੰਦ ਕਿਸ਼ੋਰ ਗੁੱਜਰ ਨੇ ਨਾ ਸਿਰਫ਼ ਸ਼ਿਕਾਇਤ ਦਰਜ ਕਰਵਾਈ ਹੈ ਬਲਕਿ ਉਹਨਾਂ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
कानूनी कार्रवाई के नाल नाल उन्होंने विराट कोहली नू सलाह भी दी है कि जिस तरह अनुष्का शर्मा की इस वैब सीरीज़ के कारण विवाद पैदा हो रहे हैं तो अजिहे दे विच विराट कोहली नू अपनी पत्नी नू तलाक दे देना चाहिए। सो लगातार कितने ना कितने जो ये दूजा विवाद भी पैदा होया ये अनुष्का शर्मा दी मुसीबतों नू खड़ा करता होया वधाउंदा होया नजर आ रहा है। उत्थे हुण गल कर लैने तीसरे विवाद की। पताल लोक दे मेकर्स दे उपर दोष ने कि उन्होंने सिख भाईचारे दीआं भावनावां नू ठेस पहुँचाई है। सो लगातार पताल लोक दे कारण मेकर्स नू सिख भाईचारे दे विरोध दा भी सामना करना पै रहा है। तुहानू दस दईए कि पताल लोक तों सिख भाईचारे नू भी इतराज़ है जो PGGC 46 दे असिस्टेंट प्रोफेसर ते पंजाबी भाषा दे लई काम कर रहे डॉक्टर पंडित राव तनेरवर ने उन्होंने इस वैब सीरीज़ दे खिलाफ़ शिकायत दर्ज करवाई है। उन्होंने दोष है कि इस वैब सीरीज़ दे विच सिख भाईचारे का गलत अक्स पेश किया गया। इस तो इलावा उन्होंने ये भी दोष लगाया है कि पताल लोक दे विच जातिवाद नू भड़काउण दी भी कोशिश की गई है। उत्थे तुहानू दस दईए कि चंडीगढ़ के वकील ते कानूनी सलाहकार गुरदीप इंदर सिंह ढिल्लों ने नयागांव पुलिस थाना जिला SAS नगर के विच अदाकारा अनुष्का शर्मा ते चार होर व्यक्तियों के खिलाफ सिख भाईचारे दीआं धार्मिक भावनावां नू सट मारन ते शांतिपूर्ण ढंग दे नाल रह रहे दो फिरकियां विचाले जात दे आधारित नफरत फैलाउण दे दोष लगाए ने ते शिकायत करवाई है। उन्हां दे वल्लों सख्त कार्रवाई की मांग की जा रही है। उन्हों का कहना है कि अनुष्का शर्मा के वलों बनाए गए लड़ीवार पताल लोक जो कि अमेजोन प्राइम से चल रहा है इनू लैके दर्ज करवाए गए मामले में उन्होंने दसया है कि इंटरनेट पर चल रहे इस वैब सीरीज़ के सिख भाईचारे धार्मिक भावनावां नूं तो ठेस पहुँचाई ही गई है। नाल ही नाल इस वैब सीरीज़ के दूसरे तो तीसरे एपीसोड के कुछ अजिहे सीन कुछ अजिहे घटनाक्रम विखाए गए हैं जिस तो बाद सिख कौम का जो मान है सिख कौम दीआं भावनावां ठेस पहुँचती है। सिख कौम का जो मान सन्मान है समाज के उसनों भी सट वजदी है क्योंकि लगातार इतिहास गवाए कि सिख कौम के वलों सिख भाईचारे के वलों औरतों की पत्त के लिए औरतों के लिए हमेशा ही आवाज़ बुलंद की गई है तो कदे भी औरतों के उपर जुलम नूं बर्दाश्त नहीं किया गया। लेकिन इस वैब सीरीज़ के कुछ अजिहे सीन अजिहियां घटनावां दिखाई गई ने जिस दे राही सिख कौम का अक्स पूरी तरह खराब होया। सो लगातार ये विवाद वधदा ही जा रहा है। इस शिकायत की कॉपी जो सामने आई है गुरदीप इंदर सिंह ढिल्लों के वलों जो कि शिकायत दर्ज करवाई गई है नयागांव थाने दे विच उस दे विच उन्होंने इस पूरे विवाद की जो विस्तार दे विच जानकारी दी है कि इस वैब सीरीज़ के दूसरे ते तीसरे एपीसोड दे विच किंज सिख कौम के अक्स नूं खराब करन की कोशिश की गई। सो लगातार पाताल लोक विवादां दे विच घिरी हुई है। दो तो तीन भाईचारे दीआं भावनावां नूं ठेस पहुँचाने तो बाद लगातार जो अनुष्का शर्मा ते वैब सीरीज़ पताल लोक दे मेकर्स दे मूंह वल वेख्या जा रहा हाल फिलहाल क्योंकि कोई भी सख्त कार्रवाई होंदी हुई दिखाई तो नहीं दे रही पर लोग जो इस पताल लोक वैब सीरीज़ के खिलाफ लगातार विरोध प्रदर्शन कर रहे हैं तो उन्हां मेकर्स दे कोलों माफ़ी की भी मांग कर रहे हैं पर नाल दी नाल सरकार दे वलों सख्त कार्रवाई की भी मांग कर रहे हैं क्योंकि अज जदों करोना महामारी के दौरान लोग घरां दे विच बैठे हुए ने ते अजिहे दे विच अगर मनोरंजन का साधन अजिहियां वैब सीरीज़ ने पर जो पताल लोक वर्गियां वैब सीरीज़ ने वो समाज दे विच जिथे हिंसा भड़काउंदियां ने जिथे कौम भाईचारे दीआं भावनावां नूं ठेस पहुँचाउंदियां ने समाज दे विच दूसरी जात दूसरे भाईचारे दे खिलाफ खिलाफ अक्स उन्हां दा खराब करदियां ने ते होर हिंसक भावनावां नूं फैलाउंदियां ने अजिहे दे विच इन्हां नूं हिंसा फैलाउण दे दोष दे विच देश विरोधी तत्तां दे विच गिंदे होए सख्त कार्रवाई करन दी मांग की जा रही है। सो वेखना यह होगा कि हुण अनुष्का शर्मा दे वलों प्रोड्यूस की गई इस वैब सीरीज़ के कारण जो ये विवाद लगातार वधदा जा रहा है इस दे उपर की कार्रवाई हुंदी है। मैनूं परमजीत कौर सैनी हुंदे इजाजत तुसीं वेखदे रहो अजीत वैब TV। देश दुनिया ते करोना महामारी दा असर ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। हर आमो खास ते हकूमत नु भी करांगे सवाल जवाब। आप नहीं तब पहुंचेगी साड़ी वीडियो कॉल। अफवाहों तो बचो अते सच्चियां ते सही खबरां दे लई जुड़े रहो अजीत वैब TV दे नाल।